ਹਾਂਜੀ ਹੁਣ ਧਨੀਆ ਤੇ ਪਾਲਕ ਦੋਵੇਂ ਚੀਜ਼ਾਂ ਬੀਜਣ ਦਾ ਸਮਾਂ ਆ ਚੁੱਕਾ ਆਪਾਂ ਦੋ ਮਹੀਨੇ ਦੇ ਵਿੱਚ ਅਸੀਂ ਤਾਂ ਬਹੁਤ ਪਹਿਲਾਂ ਵੀ ਬੀਜ ਚੁੱਕੇ ਆ ਇਹ ਜਿਹੜਾ ਤੁਸੀਂ ਦੇਖ ਰਹੇ ਆ ਪਰ ਹੁਣ ਸਧਾਰਨ ਤਰੀਕੇ ਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਕਿ ਧਨੀਆ ਧੁੱਪ ਤੋਂ ਬਾਦੋ ਮਹੀਨੇ ਬਚਾ ਕੇ ਤੇ ਪਾਲਕ ਸੁੱਕ ਤੋਂ ਇਹਦਾ ਮਤਲਬ ਇਹ ਆ ਕਿ ਧਨੀਆ ਥੋੜੀ ਜੀ ਬਾਦੋਂ ਨਹੀਂ ਕੜਕਮੀ ਧੁੱਪਿਆ ਜਿਹੜੀ ਉਹਦੇ ਨਾਲ ਜੰਮਦਾ ਹੋਇਆ ਖਰਾਬ ਹੋ ਜਾਂਦਾ ਆ ਇਸੇ ਬਾਰੇ ਮੈਂ ਤੁਹਾਡੇ ਨਾਲ ਵੀਡੀਓ ਅੱਜ ਦੀ ਬਣਾ ਕੇ ਦੱਸਣ ਲੱਗਾ ਹਾਂ ਅੱਜ ਫਿਰ ਇਹ ਬੀਜਣ ਦਾ ਜੋ ਪ੍ਰੋਸੈਸ ਹੈ ਕਿਸ ਤਰ੍ਹਾਂ ਕਰਨਾ ਹੈ ਇਹ ਬੀਜਿਆ ਹਾਈਬ੍ਰਿਡ ਇਹ ਤਾਂ ਨਹੀਂ ਇਹਦਾ ਹਤੇ ਪਾਲ ਕਰਾ ਤੇ ਆਪਾਂ ਜਲਦੀ ਉਗਣ ਲਈ ਇਹਨੂੰ ਮਲ-ਮਲ ਦੇ ਕੱਪੜੇ ਦੇ ਵਿੱਚ ਹੀ ਦੇਖੋ ਲਪੇਟ ਕੇ ਬੀਜ ਨੂੰ ਤੇ ਉਸ ਦੀ ਉਸ ਨੂੰ ਇੱਕ ਪੋਟਲੀ ਨਮਾ ਜਿਵੇਂ ਕਿ ਬੰਨ ਲੈਦਾ ਆ ਗੱਠ ਬੰਨ ਕੇ ਜਿਵੇਂ ਤੁਹਾਨੂੰ ਵੀਡੀਓ ਚ ਦਿਖਾਈ ਰਿਹਾ ਆ ਆਪਾਂ ਨੇ ਇੱਕ ਆੜ ਵਾਲੇ ਗਿੱਲੇ ਥਾਂ ਦੇ ਉੱਤੇ ਪੂਰਾ ਇੱਕ ਦਿਨ ਦੱਬ ਦੇਣਾ ਇਹਨਾਂ ਦੋਵਾਂ ਤੇ ਇਹਦੇ ਵਿੱਚੋਂ ਪਾਣੀ ਸੁੱਕ ਕੇ ਜਿੰਨਾ ਫੁੱਲਣਾ ਆ ਫੁੱਲ ਜਾਣਾ ਆ ਤੇ ਇੱਕ ਦਿਨ ਵਿੱਚ ਹੀ ਇਹ ਪੁੰਗਰਨ ਵਾਲੀ ਪ੍ਰੋਸੈਸ ਤੇਜ਼ੀ ਨਾਲ ਜਾਣਾ ਆ ਇਹ ਸਭ ਤੋਂ ਸੌਖਾ ਤਰੀਕਾ ਆ ਕਿਉਂਕਿ ਭਿੰਕਿਸਕੋਣਾ ਵਗੈਰਾ ਪਿੰਦਾ ਆ ਥਾਂ ਦੀ ਤਿਆਰੀ ਜਿਵੇਂ ਤੁਸੀਂ ਦੇਖ ਹੀ ਰਹੇ ਆ ਕਮੈਂਟ ਵਿੱਚ ਪੁੱਛਦੇ ਰਹਿੰਨੇ ਆ ਦੇਖੋ ਮੈਂ ਇਹ ਗੋਬਰ ਦਾ ਢੇਰ ਵਰਤਦਾ ਆ ਹਮੇਸ਼ਾ ਹੀ ਘੱਟੋ ਘੱਟ ਅੱਧੀ ਮਿੱਟੀ ਅਤੇ ਅੱਧਾ ਹੀ ਢੇਰ ਗੋਬਰ ਦਾ ਹੋਰ ਪੂਰੀ ਤਰ੍ਹਾਂ ਗਲਿਆ ਹੋਇਆ ਜੋ ਕਿ 1.5-2 ਸਾਲ ਪੁਰਾਣਾ ਢੇਰ ਹੁੰਦਾ ਆ ਇਹ ਤੇ ਇਸ ਉਪਰੰਤ ਕੋਈ ਵੀ ਚੀਜ਼ ਪਾਉਣ ਦੀ ਲੋੜ ਨਹੀਂ ਰਹਿੰਦੀ ਹੈਗੀ ਜਦੋਂ ਇੰਨੀ ਮਾਤਰਾ ਦੇ ਵਿੱਚ ਆਪਾਂ ਢੇਰ ਪਾ ਦਈਦਾ ਆ ਔਰ ਇਹ ਤੁਸੀਂ ਦੇਖ ਹੀ ਰਹੇ ਆ ਆ ਦੇਖੋ ਕਿਸ ਤਰ੍ਹਾਂ ਹੋ ਗਿਆ ਆ ਇਹ ਇੰਨਾ ਪੁਰਾਣਾ ਹੋ ਗਿਆ ਉਹ ਆ ਔਰ ਇਹਨੂੰ ਸਵਾਰ ਕੇ ਵੀਡੀਓ ਮੈਂ ਤੁਹਾਨੂੰ ਸ਼ਾਰਟਕਟ ਦਿਖਾ ਰਿਹਾ ਆ ਮਿੱਟੀ ਦੇ ਵਿੱਚ ਰਲਾ ਦੇਣਾ ਆ ਉਸ ਤੋਂ ਬਾਅਦ ਇਹ ਬੀਜ ਜਿਹੜੇ ਆਪਾਂ ਸਵੇਰੇ ਦੱਬੇ ਸੀ ਹੁਣ ਸ਼ਾਮ ਹੋ ਗਈ ਗਿਆ ਇਹ ਲਓ ਜੀ ਆਪਾਂ ਕੱਢ ਲਏ ਆ ਇਹ ਦੋਵੇਂ ਪੋਟੜੀਆਂ ਇਹ ਦੇਖੋ ਇਹ ਫੁੱਲ ਗਏ ਜਾਂ ਬੀਜ ਇਹ ਧਨੀਆਂ ਆਇਆ ਪਹਿਲਾਂ ਇਹਦਾ ਆਪਾਂ ਨੇ ਛੱਟਾਈ ਦੇਣਾ ਆ ਬਿਰਲਾ ਬਿਰਲਾ ਇਹ ਦੇਖੋ ਇਹ ਪੂਰਾ ਮੈਂ ਤੁਹਾਨੂੰ ਪ੍ਰੋਸੈਸ ਦਿਖਾ ਰਿਹਾ ਹਾਂ ਔਰ ਇਹ ਪਾਲਕ ਇਹਦਾ ਵੀ ਇਸੇ ਤਰ੍ਹਾਂ ਆ ਦੇਖੋ ਕਿਸ ਤਰ੍ਹਾਂ ਫੁੱਲ ਗਈ ਹੈ ਔਰ ਇਹਦਾ ਵੀ ਇਸੇ ਤਰ੍ਹਾਂ ਛੱਟਾਈ ਦੇਣਾ ਹੈ ਇਧਰਲੇ ਪਾਸੇ ਔਰ ਥੋੜਾ ਜਿੰਨਾ ਹੋ ਸਕੇ ਇਹਦੇ ਦਾਣੇ ਕਾਫੀ ਹਾਈਬ੍ਰਿਡ ਪਾਲਕ ਦੇ ਮੋٹے ਹੁੰਦੇ ਆ ਕੱਲਾ ਕੱਲਾ ਕਰਕੇ ਖਲਾਅ ਦੇਣਾ ਕਿਉਂਕਿ ਜਹਾੜ ਬਣ ਜਾਂਦੇ ਆ ਬਾਅਦ ਵਿੱਚ ਤੇ ਉਸ ਤੋਂ ਬਾਅਦ ਆਹ ਦੇਖ ਲਓ ਇਸ ਨੂੰ ਮੈਂ ਇਸੇ ਤਰ੍ਹਾਂ ਪੁੱਲੀ ਮਿੱਟੀ ਪਹਿਲਾਂ ਵੀ ਥਾਪੜੀ ਸੀ ਵੀ ਸਿੱਟਣ ਤੋਂ ਬਾਅਦ ਵੀ ਥਾਪੜ ਰਹੀਆਂ ਆ ਦੇਖੋ ਹੱਥਾਂ ਨਾਲ ਉਸ ਤੋਂ ਬਾਅਦ ਪੁੱਲੀ-ਪੁੱਲੀ ਮਿੱਟੀ ਇਹ ਦੇਖੋ ਉੱਪਰ ਤੋਂ ਖਲਾਅ ਦੇਣੀ ਆ ਇਹ ਲਓ ਕਿ ਬਿਲਕੁਲ ਮਮਲੀ ਜੀ ਤੇ ਉਹ ਪਾਣੀ ਇਸ ਕਰਕੇ ਖਿਲਾਰਨੀ ਆ ਔਰ ਉਹਨੂੰ ਉੱਪਰੋਂ ਦੱਬ ਦੇਣਾ ਆ ਕਿਉਂਕਿ ਗਰਮੀ ਕਾਫੀ ਆ ਜਿਹੜਾ ਦਾਣਾ ਉੱਪਰ ਰਹਿ ਜਾਣਾ ਆ ਉਹ ਨਹੀਂ ਜੰਮਣਾ ਤਾਂ ਕਰਕੇ ਸਾਰੇ ਦਾਣੇ ਪੂਰੀ ਤਰ੍ਹਾਂ ਨਾਲ ਮਿੱਟੀ ਝਟਾਕੇ ਉੱਪਰੋਂ ਪਾਣੀ ਦਾ ਚੰਗੀ ਤਰ੍ਹਾਂ ਛਿੜਕਾ ਕਰ ਦੇਣਾ ਆ ਦੇਖੋ ਤੇ ਇਹਨੂੰ ਸਿਰਫ ਇਹਦੇ ਵਿੱਚ ਇਹੀ ਆ ਕਿ 5-6 ਦਿਨ ਬਾਅਦ ਇਹ ਦੇਖੋ ਧਨੀਆਂ ਜੰਮ ਪਿਆ ਆ ਪਰ ਈ ਦੇ ਵਿੱਚ ਖਾਸ ਜਿਹੜੀ ਜਾਦੂਗਰੀ ਉਹ ਈ ਆ ਕਿ ਭਾਦੋਂ ਦੀ ਕੜਕਮੀ ਧੁੱਪ ਜਿਹੜੀ ਆ ਉਹ ਇਸ ਤਰ੍ਹਾਂ ਦੀ ਹਾਲਤ ਵਿੱਚ ਜਦੋਂ ਧਨੀਆ ਹੁੰਦਾ ਆ ਉਹਨੂੰ ਮਾਰ ਦਿੰਦੀ ਆ ਇਸ ਕਰਕੇ ਇਹਨੂੰ ਥੋੜੇ ਦਿਨ ਧੁੱਪ ਤੋਂ ਬਚਾਉਣਾ ਪੈਣਾ ਜਾਂ ਛਾਂ ਦਾ ਇੰਤਜ਼ਾਮ ਕਰਕੇ ਰੱਖੋ ਕਿਸੇ ਵੀ ਤਰ੍ਹਾਂ ਜੇ ਤੁਸੀਂ ਜਲਦੀ ਧਨੀਆ ਚਾਹੁੰਦੇ ਆ ਤਾਂ ਇਹ ਦੇਖੋ ਇਹ ਸੱਤ ਮਾਦਨੇ ਆਂ ਔਰ ਧਨੀਆ ਬੁੰਕਰ ਪਿਆ ਹੈ ਪੂਰੀ ਤਰ੍ਹਾਂ ਨਾਲ ਜਿੰਨਾ ਵੀ ਮੈਂ ਸਟਾਇਆ ਸੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਲਦੀ ਕਮੈਂਟ ਕਰਕੇ ਦੱਸਣਾ ਸੱਸਰੀ ਕਾ